ਨਾਮ ਜਪਣ ਦਾ ਕੀ ਫਾਇਦਾ, ਅਰਦਾਸ ਕਰਨ ਦਾ ਕੀ ਫਾਇਦਾ, ਜਦੋਂ ਉਸ ਮਾਲਕ ਨੇ ਸਭ ਕੁਛ ਮੇਰੀ ਕਿਸਮਤ ਵਿੱਚ ਲਿਖ ਦਿੱਤਾ ਹੈ, ਅਤੇ ਮੈਨੂੰ ਫਿਰ ਲੰਗਰ ਲਾਉਣ ਦਾ, ਸੇਵਾ ਕਰਨ ਦਾ, ਗੁਰੂ ਦੇ ਲੜ ਲੱਗਣ ਦਾ ਕੀ ਫਾਇਦਾ? ਕਿ ਜਿਹੜਾ ਗੁਰੂ ਦੇ ਲੜ ਨਹੀਂ ਲੱਗਦਾ, ਜਿਹੜਾ ਨਾਮ ਨਹੀਂ ਜਪਦਾ, ਉਹਦਾ ਨੁਕਸਾਨ ਵੀ ਦੱਸਾਂਗਾ, ਅਤੇ ਜਿਹੜਾ ਗੁਰੂ ਦੇ ਲੜ ਲੱਗਦਾ ਹੈ ਉਹਦਾ ਫਾਇਦਾ ਵੀ। ਆਹਾ, ਸੋ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ। ਸਾਧ ਸੰਗਤ ਕਹਿੰਦੇ ਨਾ, ਇੱਕ ਵਾਰੀ ਕਿਤੇ ਕਿਸੇ ਇਲਾਕੇ 'ਚ ਮੀਂਹ ਨਾ ਪਿਆ, ਰਾਜਾ ਵੀ ਤੰਗ ਹੋ ਗਿਆ। ਹੁਣ ਰਾਜੇ ਦੀ ਪਰਜਾ ਪੁਕਾਰਾਂ ਕਰੀ, ਬਈ ਮੀਂਹ ਪਵਾਓ, ਕੁਛ ਕਰੋ ਹੱਲ। ਬੜੇ ਨਾਮ ਜਪੇ, ਬੜੇ ਜੱਗ ਕੀਤੇ, ਬੜੇ ਪੁੰਨ ਦਾਨ ਕੀਤੇ, ਕਿੱਥੇ ਮੀਂਹ ਪਵੇ, ਸੋਕਾ ਪੈ ਗਿਆ। ਜਿਵੇਂ ਹੁਣ ਆ ਰੁੱਤ, ਹੁਣ ਰੱਬ ਮੀਂਹ ਪਾਈ ਤੁਰੀ ਆਉਂਦਾ ਹੈ, ਦੂਜੇ ਤੀਜੇ ਦਿਨ ਇੱਕ 10 ਦਿਨ ਸਾਧ ਵਾ ਕੇ ਫਿਰ ਮੀਂਹ, ਫਿਰ ਨੇਰੀ। ਉਸ ਤਰ੍ਹਾਂ ਮਰਜ਼ੀ ਦਾ ਮਾਲਕ ਹੈ, ਜਾਂ ਤਾਂ ਫਿਰ ਕਹਿੰਦੇ ਨਦੀਆਂ ਹੀ ਵਹਾ ਦਿੰਦਾ, ਅਤੇ ਜਾਂ ਫਿਰ ਜਮਾਂ ਹੀ ਸਾਨੂੰ ਪੁੱਛਦੇ ਹੀ ਨਹੀਂ। ਪੁਰਾਣੇ ਸਮਿਆਂ 'ਚ ਕਾਲ ਪੈ ਜਾਂਦੇ ਸੀ, ਮੀਂਹ ਨਾ ਪਿਆ, ਅਤੇ ਰਾਜੇ ਨੂੰ ਬੇਨਤੀ ਕੀਤੀ ਪਰਜਾ ਨੇ, ਰਾਜਾ ਕਿਸੇ ਮਹਾਂਪੁਰਖਾਂ ਕੋਲ ਗਿਆ, ਸਾਧੂ ਸੰਤਾਂ ਕੋਲ ਗਿਆ, ਵੀ ਮਹਾਂਪੁਰਖੋ ਮੀਂਹ ਪਵਾਓ। ਉਹ ਰਾਜੇ ਨੂੰ ਕਹਿੰਦਾ ਵੀ ਮੀਂਹ ਤਾਂ ਪੈਜੂਗਾ, ਪਰ ਜਿਹੜਾ ਮੀਂਹ ਪਊਗਾ, ਜੇ ਤੁਸੀਂ ਉਹਦਾ ਪਾਣੀ ਪੀ ਲਿਆ, ਤਾਂ ਤੁਸੀਂ ਸਾਰੇ ਕਮਲੇ ਹੋ ਜਾਓਗੇ, ਜਿਹੜਾ ਜਿਹੜਾ ਪੀਊਗਾ ਕਮਲਾ ਹੋ ਜੂਗਾ। ਕਹਿੰਦੇ ਨਹੀਂ, ਇਹ ਤਾਂ ਕੰਮ ਗਲਤ ਹੈ, ਵੀ ਜੇ ਸਾਰੇ ਕਮਲੇ ਹੋ ਗਏ, ਪਰ ਜੇ ਕਮਲੀ ਹੋ ਗਈ ਤਾਂ ਫਿਰ ਕੀ ਕਰਾਂਗੇ? ਨਹੀਂ, ਫਿਰ ਥੋੜ੍ਹੇ ਦਿਨ ਹੋਰ, 10-15 ਦਿਨ ਜਮਾਂ ਹੀ ਬੂੰਦ ਪਾਣੀ ਪੀਣ ਨੂੰ ਨਾ ਮਿਲੇ। ਕਰਦਿਆਂ ਕਰਾਉਂਦਿਆਂ ਮੰਤਰੀ ਕਹਿੰਦਾ, ਰਾਜਾ ਜੀ ਐਂ ਕਰਦੇ ਹਾਂ, ਮੀਂਹ ਪਵਾ ਲੈਂਦੇ ਹਾਂ, ਫਿਰ ਕੀ ਹੈ, ਜੇ ਪਰਜਾ ਕਮਲੀ ਹੋ ਜੂ ਆਪਾਂ ਨਾ ਪੀਵਾਂਗੇ, ਇਹ ਪੀ ਲੈਣਗੇ, ਕਮਲੇ ਹੋ ਜਾਣਗੇ, ਆਪਾਂ ਨਾ ਪੀਵਾਂਗੇ। ਕਹਿੰਦੇ ਗੱਲ ਤਾਂ ਤੇਰੀ ਸਹੀ ਹੈ, ਗਏ ਜੀ, ਔਖੇ ਬਹੁਤ ਹੈ, ਤੰਗ ਬਹੁਤ ਹੈ, ਮਰੇ ਤਾਂ ਪਈ ਹੈ ਸੋਕੇ ਨਾਲ। ਲਓ ਜੀ, ਮਹਾਂਪੁਰਖਾਂ ਨੇ, ਸਾਧੂਆਂ ਨੇ ਕੋਈ ਮੰਤਰ ਸ਼ੰਤਰ ਪੜ੍ਹੇ, ਆਪਦੀ ਅਰਦਾਸ ਬੇਨਤੀ ਕੀਤੀ, ਮੀਂਹ ਪੈ ਗਿਆ, ਮੀਂਹ ਪੈ ਗਿਆ ਭਾਈ, ਫਿਰ ਕੀ ਸੀ, ਲੋਕਾਂ ਨੇ ਪੀ ਲਿਆ, ਪਿਆਸਿਆਂ ਨੇ, ਹੁਣ ਤੇਲ ਲੱਗੀ ਸੀ, ਸੰਘ ਸੁੱਕਦੇ ਸੀ, ਹੋ ਗਏ ਕਮਲੇ ਸਾਰੇ, ਸਾਰੀ ਪਰਜਾ ਕਮਲੀ ਹੋ ਗਈ, ਰਾਜੇ ਅਤੇ ਵਜ਼ੀਰ ਨੇ ਨਾ ਪੀਤਾ, ਪਰਜਾ ਫਿਰ ਇਕੱਠੀ ਹੋ ਗਈ, ਸਾਰੀ ਪਰਜਾ ਇਕੱਠੀ ਹੋ ਕੇ ਪਤਾ ਕੀ ਕਹਿੰਦੀ, ਵੀ ਆਪਾਂ ਸਾਰੇ ਕਮਲੇ ਜਿਹੜੇ ਉਹ ਪੀ ਕੇ ਕਮਲੇ ਹੋ ਗਏ ਨਾ, ਕਹਿੰਦੇ ਆਪਾਂ ਸਿਆਣੇ ਹੈ, ਆਪਾਂ ਸਾਰੇ ਸਿਆਣੇ ਹਾਂ, ਅਤੇ ਆ ਜਿਹੜਾ ਰਾਜਾ ਅਤੇ ਵਜ਼ੀਰ ਹੈ, 2 ਕਮਲੇ ਹੈ, ਮਾਰ ਦਈਏ ਆਪਾਂ, ਸਮਝੇ ਗੱਲ ਨੂੰ? ਦੁਨੀਆਂ ਦਾ ਹਾਲ ਅੱਜ ਇਹੀ ਹੈ, ਕਲਯੁਗ ਦੀ ਹਵਾ ਨੇ ਸਾਰੇ ਕਮਲੇ ਕਰਤੇ, ਅਤੇ ਜਿਹੜਾ ਸਿਆਣਾ ਹੈ ਨਾ, ਅਤੇ ਕਮਲੇ ਲੋਕ ਕਹਿੰਦੇ ਰਲ ਕੇ ਸਿਆਣਿਆਂ ਨੂੰ ਮਾਰ ਦਈਏ, ਕਮਲੇ ਬਣਾ ਕੇ ਮਾਰ ਦਈਏ, ਉਵੇਂ ਪਰਜਾ ਇਕੱਠੀ ਹੋ ਕੇ ਆ ਗਈ, ਇਹ ਮਾਰ ਦਈਏ, ਸਾਰੀ ਪਰਜਾ ਜਿਹੜੀ ਕਮਲੀ ਹੋਈ ਆ ਕਹਿੰਦੀ ਮਾਰ ਦਈਏ, ਇਹ 2 ਕਮਲੇ ਹੈ, ਰਾਜਾ ਅਤੇ ਵਜ਼ੀਰ ਇਹ ਦੋਨੇ ਕਮਲੇ ਹੈ, ਆਪਾਂ ਸਾਰੇ ਸਿਆਣੇ ਇਹਨਾਂ ਨੂੰ ਮਾਰ ਦਈਏ, ਕਮਲੇ ਹੋ ਗਏ, ਇਹ ਆ ਗਏ ਮਾਰਨ। ਰਾਜਾ ਕਹਿੰਦਾ ਵਜ਼ੀਰਾ ਮਰਵਾ ਤੇ, ਹੁਣ ਕਿਵੇਂ ਕਰੀਏ, ਮਾਰਨ ਆ ਗਏ ਸਾਰੇ, ਅਤੇ ਵਜ਼ੀਰ ਕਹਿੰਦਾ ਫਿਰ ਉਹ ਪਾਣੀ ਆਪਣੇ ਵੀ ਪੀ ਲਾ ਫਿਰ, ਘੁੱਟ ਘੁੱਟ, ਫਿਰ ਰਲ ਗਏ ਇਹਨਾਂ 'ਚ। ਤਾਂ ਕਰਕੇ ਹੁਣ ਕਈ ਚੰਗੇ ਬੰਦੇ, ਕਈ ਵਾਰੀ ਕੀ ਹੁੰਦਾ ਵੀ ਹੁਣ ਜਦੋਂ ਦੁਨੀਆਂ ਦੀ ਦੌੜ ਚੱਲ ਹੀ ਪਈ, ਅਤੇ ਮਰਦਾ ਕੀ ਨਾ ਕਰਦਾ, ਫਿਰ ਮਰਦੇ ਬੰਦੇ ਨੂੰ ਅੱਕ ਚੱਬਣਾ ਪੈਂਦਾ, ਫਿਰ ਇਹ ਦੁਨੀਆਂ ਦੇ ਵਿੱਚ ਰਲਣਾ ਪੈਂਦਾ, ਕਮਲਿਆਂ 'ਚ ਕਮਲਾ ਬਣਨਾ ਪੈਂਦਾ, ਕੀ ਕਰੀਏ, ਬਣਨਾ ਪੈਂਦਾ। ਤਾਂ ਕਰਕੇ ਭਾਈ ਇਹ ਦੌੜ ਹੈ, ਰਹੋ ਵਿਚਾਰ, ਗੁਰੂ ਘਰ ਆਏ ਹੋ, ਜਦੋਂ ਗੁਰੂ ਘਰ ਨੂੰ ਤੁਰੋ ਨਾ ਕਰੋ, ਅਤੇ ਮਨ 'ਚ ਆਪਣੇ ਆਪ ਨੂੰ ਇੱਕ ਸਵਾਲ ਕਰਿਆ ਕਰੋ, ਕਿਉਂ ਚੱਲਿਆ ਗੁਰੂ ਘਰ, ਕਿਵੇਂ ਚੱਲਿਆ,
ਉੱਥੇ ਜਾ ਕੇ ਕੀ ਕਰੇਗਾ? ਅੱਜ ਵੀ ਸ਼ਨੀਵਾਰ ਆਏ ਹੋ ਤੁਸੀਂ, ਕਈ ਨਵੀਆਂ ਭੈਣਾਂ ਵੀ ਆਈਆਂ, ਨਵੇਂ ਸਰੀਰ ਆਏ ਆ, ਕਈ ਤਾਂ ਭੈਣਾਂ ਹਰ ਸ਼ਨੀਵਾਰ ਆ ਵੀ ਰਹੀਆਂ, ਅਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬੱਚਿਆਂ ਦਾ ਸਕੂਲ ਰੋਜ਼ ਲੱਗਦਾ, ਅੰਮ੍ਰਿਤ ਵੇਲੇ ਤੁਸੀਂ ਰੋਜ਼ ਆਉਂਦੇ ਹੋ। ਆਹ ਕਲਾਸ ਹੈ ਜਿਹੜੀ ਹਫ਼ਤੇ ਬਾਅਦ ਲੱਗਦੀ, ਇਹ ਵੀ ਅਟੈਂਡ ਕਰ ਲਿਆ ਕਰੋ, ਛੱਡਿਆ ਨਾ ਕਰੋ। ਇਹ ਕਲਾਸ ਹੈ, ਅਸੀਂ ਵਿਦਿਆਰਥੀ ਹਾਂ, ਬੱਚੇ ਬਣ ਕੇ ਰਹੋ, ਗੁਰੂ ਅੱਗੇ ਬੱਚੇ ਬਣ ਕੇ ਰਹੋ, ਸਿੱਖਦੇ ਰਹੋ, ਸਿੱਖਦੇ ਰਹੋ, ਕਿਉਂਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਸਿੱਖ ਦਾ ਭਾਵ ਸਟੂਡੈਂਟ, ਸ਼ਿਸ਼ਿਆ, ਵਿਦਿਆਰਥੀ, ਸਿੱਖਦੇ ਹੀ ਰਹਿਣਾ, ਸਿੱਖਦੇ ਰਹਿਣਾ। ਕਦੇ ਵੀ ਇਹ ਗੱਲ ਕਿਹਾ ਨਾ ਕਰੋ ਵੀ ਮੈਂ ਸਾਰਾ ਕੁਝ ਸਿੱਖ ਗਿਆ, ਮੈਂ ਸਾਰਾ ਕੁਝ ਜਾਣਦਾ, ਇਹ ਨਹੀਂ ਕਹਿਣਾ ਜ਼ਿੰਦਗੀ 'ਚ ਕਦੇ ਵੀ, ਮੈਨੂੰ ਸਾਰਾ ਕੁਝ ਪਤਾ, ਇਹ ਗੱਲ ਕਦੇ ਵੀ ਨਹੀਂ ਕਹਿਣੀ। ਗੁਰੂ ਘਰ ਆਉਣਾ ਅਤੇ ਇੱਕ ਚੀਜ਼ ਰੂਹਾਨੀਅਤ ਦੀ ਚੀਜ਼ ਸਿੱਖਣੀ ਹੈ। ਕਿਹੜੀ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਓ ਇਹ ਗਾ ਕੇ ਪੜ੍ਹੀਏ, ਸਾਰੀ ਸੰਗਤ ਨੇ ਗੱਜ ਕੇ ਬੋਲਣਾ। ਇੱਕ ਵਾਰ ਮੈਂ ਬੋਲਾਂਗਾ, ਇੱਕ ਵਾਰ ਤੁਸੀਂ ਬੋਲਿਓ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ, ਮਨ ਤੂੰ ਜੋਤ ਸਰੂਪ ਹੈ, 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 ਰੂਪ ਹੈ, ਮਨ ਤੂੰ ਜੋਤ ਸਰੂਪ 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 ਹੈ, ਮਨ ਤੂੰ ਜੋਤ। ਨਹੀਂ, ਗੱਲ ਨਹੀਂ ਬਣੀ। ਉੱਤੋਂ ਉੱਤੋਂ ਕਹੀ ਜਾਂਦੇ ਹੁਣ, ਅੱਖਾਂ ਬੰਦ ਕਰਕੇ ਧਿਆਨ ਨਾਲ ਆਪਣੇ ਹਿਰਦੇ 'ਚ ਉਸ ਮਨ ਨੂੰ ਆਵਾਜ਼ ਮਾਰਨੀ ਹੈ, ਆਵਾਜ਼ ਮਾਰਨੀ ਅੰਦਰ, ਕਹਿਣਾ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਨੂੰ ਆਖਣਾ, ਆਪਦਾ ਨਾਮ ਲੈ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ। ਕੀ ਆਖਣਾ? ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਧਰਤੀ 'ਤੇ ਕਰਨ ਕੀ ਆਇਆ? ਐਂ ਕਹਿਣਾ, ਕਮਲਿਆ ਇਸ ਧਰਤੀ 'ਤੇ ਕਰਨ ਕੀ ਆਇਆ? ਆਪਣੇ ਮਨ ਨੂੰ ਆਵਾਜ਼ ਮਾਰਨੀ ਹੈ। ਹੁਣ ਅੱਖਾਂ ਬੰਦ ਕਰਕੇ ਗੱਜ ਕੇ ਪੂਰਾ ਜ਼ੋਰ ਲਾ ਕੇ, ਮਨ ਤੂੰ ਜੋਤ ਸਰੂਪ ਹੈ, 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 ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਅਤੇ ਹੁਣ ਪਤਾ, ਹੁਣ ਤਾਂ ਹੋਰ ਹੀ ਕੁਝ ਬਣੇ ਫਿਰਦੇ ਹਾਂ, ਹੋਰ ਹੀ ਚੀਜ਼ਾਂ ਪਿੱਛੇ ਲੜੀ ਜਾਂਦੇ, ਹੋਰ ਹੀ ਪਾਸੇ ਧਿਆਨ ਹੈ। ਜਦੋਂ ਦੋ ਬੀਬੀਆਂ ਇਕੱਠੀਆਂ ਹੋ ਜਾਣ, ਚਾਰ ਇਕੱਠੀਆਂ ਹੋ ਜਾਣ, ਦੁਨਿਆਵੀ ਗੱਲਾਂ, ਦੁਨਿਆਵੀ ਗੱਲਾਂ, ਫਲਾਨੇ ਦਾ ਕੁੜੀ ਦਾ ਕੀ ਹੋ ਗਿਆ, ਫਲਾਨੇ ਦੇ ਮੁੰਡੇ ਦਾ ਕੀ ਹੋ ਗਿਆ, ਫਲਾਨਿਆਂ ਦੇ ਕੀ ਹੋ ਗਿਆ, ਇਹ ਗੱਲਾਂ ਨਹੀਂ ਭਾਈ, ਦੁਨਿਆਵੀ ਗੱਲਾਂ ਨਹੀਂ ਕਰਨੀਆਂ। ਕਦੇ ਕਦੇ ਬੈਠ ਕੇ ਰੱਬ ਦਾ ਨਾਂ ਵੀ ਜਪ ਲਿਆ ਕਰੋ, ਰੱਬ ਦੇ ਘਰ ਦੀ ਗੱਲ ਵੀ ਕਰ ਲਿਆ ਕਰੋ। ਪੁਰਾਤਨ ਸਿੱਖਾਂ ਨੇ, ਪੁਰਾਤਨ ਬੀਬੀਆਂ ਨੇ ਜਦੋਂ ਇਕੱਠੇ ਬਹਿਣਾ ਅਤੇ ਰੱਬ ਦੀਆਂ ਗੱਲਾਂ ਕਰਨੀਆਂ, ਗੁਰਬਾਣੀ ਦੀਆਂ ਗੱਲਾਂ ਕਰਨੀਆਂ, ਅਤੇ ਸਾਧ ਸੰਗਤ ਤਾਂ ਕਰਕੇ ਆਪਣੇ ਮੂਲ ਨੂੰ ਪਛਾਣਨਾ। ਗੁਰੂ ਘਰ ਆਉਂਦੇ ਹੋ ਨਾ,
ਅਰਦਾਸ ਕਰਕੇ ਜਿੱਥੇ ਦੁਨਿਆਵੀ ਸਰੀਰਕ ਲੋੜਾਂ ਮੰਗਦੇ ਹਾਂ ਉੱਥੇ ਆਹ ਮਨ ਦੀ ਖੁਰਾਕ ਵੀ ਮੰਗਿਆ ਕਰੋ। ਅੱਜ ਸਮਾਂ ਥੋੜ੍ਹਾ ਜਿਹਾ ਵੱਧ ਲਾਵਾਂਗੇ, ਯਾਦ ਰੱਖਿਓ ਅੱਜ ਲੰਮਾ ਬੈਠਣਾ ਆਪਾਂ ਥੋੜ੍ਹਾ ਜਿਹਾ। ਹਰ ਸ਼ਨੀਵਾਰ ਖੁਰਾਕ ਵਧਾਉਂਦੇ ਤੁਰੇ ਜਾਣਾ, ਮੂਲ ਮੰਤਰ ਵੀ ਆਪਾਂ ਵਧਾਉਂਦੇ ਜਾਣਾ, ਵਾਹਿਗੁਰੂ ਮੰਤਰ ਵੀ ਵਧਾਉਂਦੇ ਜਾਣਾ, ਅਤੇ ਫਿਰ ਕਥਾ ਵਿਚਾਰ ਵੀ ਵਧਾਉਂਦੇ ਜਾਣਾ, ਸਮਾਂ ਵਧਾਉਂਦੇ ਜਾਣਾ, ਚੌਂਕੜਾ ਵਧਾਉਂਦੇ ਜਾਣਾ। ਦੁਨਿਆਵੀ ਤੌਰ 'ਤੇ ਜਿਵੇਂ ਖੁਰਾਕ ਵੱਧਦੀ, ਇੱਕ ਪਹਿਲਵਾਨ ਤਕੜਾ ਹੁੰਦਾ ਜਾਂਦਾ, ਅਤੇ ਆਪਣਾ ਮਨ ਰੂਪੀ ਜਿਹੜਾ ਗੁਰਮੁਖ ਜਿਹੜੀ ਬਿਰਤੀ ਹੈ ਉਹਨੂੰ ਆਪਾਂ ਤਕੜੀ ਕਰਦੇ ਜਾਣਾ, ਚੌਂਕੜਾ ਵੱਧਦਾ ਜਾਵੇ। ਪਿਛਲੀ ਵਾਰ ਦੱਸਿਆ ਸੀ ਨਾ, ਇੱਕ ਗੁਰਦਾਸਪੁਰ ਜ਼ਿਲ੍ਹੇ 'ਚ ਗ੍ਰੰਥੀ ਭਾਈ ਨਿਰਮਲ ਸਿੰਘ 48 ਘੰਟੇ 'ਚ ਸਾਰਾ ਅਖੰਡ ਪਾਠ ਕੀਤਾ, ਅਤੇ ਆਪਾਂ 48 'ਚੋਂ 40 ਕੱਢ ਕੇ 8 ਘੰਟਿਆਂ ਦਾ ਚੌਂਕੜਾ ਹੀ ਬਣਾ ਲਈਏ। ਮੈਂ ਕਹਿੰਦਾ 8 ਨਹੀਂ ਤਾਂ 4 ਦਾ ਤਾਂ ਬਣਾਈਏ, 4 ਦੀ ਤਾਂ ਤੋ 2 ਦਾ ਤਾਂ ਬਣਾਈਏ, ਫਿਰ ਇੰਨਾ ਕੁ ਤਾਂ ਸਾਡੇ ਕੋਲ 24 ਘੰਟੇ ਹੁੰਦੇ ਆ, 8 ਪਹਿਰ ਹੁੰਦੇ ਆ, ਅਤੇ ਉਹਦੇ 'ਚੋਂ ਦਸਵੰਧ ਬਣਦਾ 2.5 ਘੰਟੇ, ਅਤੇ 2.5 ਘੰਟਿਆਂ ਦਾ ਚੌਂਕੜਾ ਤਾਂ ਇੱਕ ਵਾਰੀ ਬਣਾਈਏ ਇਕੱਠਾ। ਤਾਂ ਕਰਕੇ ਭਾਈ ਜਿਵੇਂ ਮਰਜ਼ੀ ਬੈਠੋ, ਬੈਠਣਾ ਤਾਂ ਪਊਆ, ਜਪਣਾ ਤਾਂ ਪਊਆ, ਜੇ ਖੁਸ਼ੀਆਂ ਲੈਣੀਆਂ ਜ਼ਿੰਦਗੀ 'ਚ, ਜੇ ਸਕੂਨ ਚਾਹੀਦਾ, ਜੇ ਸ਼ਾਂਤੀ ਅਮਨ ਚਾਹੀਦਾ ਜ਼ਿੰਦਗੀ ਦੇ ਵਿੱਚ, ਤਾਂ ਜਪਣਾ ਪਊਆ, ਚੌਂਕੜਾ ਮਾਰ ਕੇ ਬੈਠਣਾ ਪਊਆ। ਇਹ ਨਾ ਹੋਵੇ ਕਿ ਭਾਈ ਜੀ ਵੀ ਅਸੀਂ ਪੈਸੇ ਦਿੱਤੇ ਬਾਬੇ ਨੂੰ, ਗ੍ਰੰਥੀ ਨੂੰ, ਹੁਣ ਤੂੰ ਕਰ ਦੇ, ਸਾਡਾ ਕੰਮ ਵੀ ਤੂੰ ਕਰ ਦੇ, ਐਂ ਨਹੀਂ ਹੁੰਦਾ ਵੀ ਤੂੰ ਹੀ ਬੈਠ ਸਾ, ਆਪਾਂ ਘਰ ਸਹਿਜ ਪਾਠ ਰਕਾਉਂਦੇ ਹਾਂ ਨਾ, ਵੀ ਤੂੰ ਹੀ ਬੈਠਾ ਰਹਾ ਚੌਂਕੜਾ ਮਾਰ ਕੇ 6-7 ਘੰਟੇ ਦਿਨ ਦੇ, ਤੂੰ ਹੀ ਲਾਉਂਦੇ ਹਾਂ, ਐਂ ਨਹੀਂ ਗੱਲ ਬਣਨੀ। ਜੇ ਭੁੱਖ ਤੈਨੂੰ ਲੱਗੀ ਹੈ ਤਾਂ ਰੋਟੀ ਤੈਨੂੰ ਖਾਣੀ ਪਊ, ਭੁੱਖ ਤੈਨੂੰ ਲੱਗੀ ਹੈ ਰੋਟੀ ਮੈਂ ਖਾਵਾਂ, ਭੁੱਖ ਤੇਰੀ ਕਿਵੇਂ ਮਿਟ ਜੂ? ਕਿੰਨੇ ਵਾਰੀ ਉਦਾਹਰਣ ਦਿੱਤੇ ਹੈ। ਬੁਖਾਰ ਤੈਨੂੰ ਚੜ੍ਹਿਆ ਟੀਕਾ ਮੇਰੇ ਲਾਵੇ ਕੋਈ? ਅੱਛਾ, ਘਰ 'ਚ ਬਰਕਤ ਚਾਹੀਦੀ ਹੈ, ਘਰ 'ਚ ਸੁੱਖ ਸ਼ਾਂਤੀ ਚਾਹੀਦੀ ਹੈ, ਕਲੇਸ਼ਾਂ ਤੋਂ ਨਿਵਿਰਤੀ ਚਾਹੀਦੀ ਹੈ, ਅਤੇ ਪਾਠ ਬਾਬਾ ਪੜ੍ਹੇ, ਹੱਦ ਹੋ ਗਈ ਵੀ ਤੂੰ ਪੜ੍ਹ, ਫਿਰ ਪਾਠ ਵੀ ਤੂੰ ਪੜ੍ਹ, ਸੇਵਾ ਵੀ ਤੂੰ ਕਰ, ਸਿਮਰਨ ਵੀ ਤੂੰ ਕਰ, ਗੁਰਬਾਣੀ ਵੀ ਤੂੰ ਪੜ੍ਹ, ਫਿਰ ਦੁੱਖ ਤੈਨੂੰ ਹੈ ਤਾਂ ਤੂੰ ਹੀ ਆਪਦਾ ਭਾਰ ਆਪ ਢੋ। ਠੀਕ ਆ, ਜਿਹੜਾ ਸਿਸਟਮ ਬਣਿਆ ਉਹ ਤਾਂ ਅਸੀਂ ਤਾਂ ਕਰਨਾ ਹੀ ਆ, ਸਾਡੀ ਤਾਂ ਜ਼ਿੰਮੇਵਾਰੀ ਹੈ, ਪਰ ਨਿਰਾ ਪੂਰਾ ਹੁਣ ਬਾਬੇ ਧੀ ਥੋੜ੍ਹੀ ਸੁੱਟ ਦੇਣਾ ਵੀ ਜਿਵੇਂ ਆਪਾਂ ਪੈਸੇ ਦੇ ਕੇ ਦੂਜੇ ਤੋਂ ਕੰਮ ਕਰਾਉਂਦੇ ਹਾਂ, ਉਹ ਗੱਲ ਹੋ ਗਈ। ਤਾਂ ਕਰਕੇ ਭਾਈ ਜਿਹੜਾ ਕੰਮ ਮਾਂ ਨੇ ਆਪਣੇ ਬੱਚੇ ਨੂੰ ਪਾਲਣ ਵੇਲੇ ਕਰਨਾ, ਉਹ ਬਗਾਨੀ ਨਹੀਂ ਕਰ ਸਕਦੀ, ਮੁੱਲ ਵਾਲੀ ਬੀਬੀ ਨਹੀਂ ਕਰ ਸਕਦੀ। ਮਾਂ ਵਾਲਾ ਪਿਆਰ ਬਗਾਨੀ ਬੀਬੀ ਦੇ ਦੂ, ਮੁੱਲ 'ਤੇ ਪਾਲਣ ਵਾਲੀ ਰੱਖ ਲਈਏ। ਜਿਵੇਂ ਉਹ ਪੁਰਾਣੇ ਸਮਿਆਂ 'ਚ ਰਾਜਾ ਅਤੇ ਰਾਣੀਆਂ ਉਹ ਆਪਦੇ ਬੱਚਿਆਂ ਨੂੰ ਪਾਲਣ ਲਈ 2 ਰੱਖਦੇ ਸੀ, ਮੀਆਂ ਬੀਬੀ। ਦਿਨੇ ਦਿਨੇ ਤਾਂ ਬੰਦਾ ਸਮਝਦਾ ਸੀ ਉਹਨੂੰ ਦਾਇਆ ਕਹਿੰਦੇ ਸੀ। ਸਲੋਕ ਦੇ ਵਿੱਚ ਕਿਹਾ ਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਆ ਦਿਨ ਅਤੇ ਰਾਤ ਦਾਈ ਅਤੇ ਦਾਈ ਦੀ ਤਰ੍ਹਾਂ, ਦਾਈ ਕਹਿੰਦੇ ਰਾਤ ਨੂੰ ਸਾਂਭਦੀ ਸੀ ਬੱਚੇ ਨੂੰ, ਅਤੇ ਦਾਇਆ ਦਿਨੇ ਸਾਂਭਦਾ ਸੀ, ਖੜਾਉਂਦਾ ਸੀ। ਅਤੇ ਆ ਦਿਨ ਅਤੇ ਰਾਤ ਵੀ ਇਹੀ ਹੈ, ਦਾਈ ਰਾਤ ਆ ਜਾਂਦੀ ਹੈ ਅਸੀਂ ਸੌਂ ਜਾਂਦੇ ਹਾਂ, ਦਾਇਆ ਆ ਜਾਂਦਾ ਸੂਰਜ ਦਿਨ ਚੜ੍ਹ ਜਾਂਦਾ ਅਤੇ ਅਸੀਂ ਜਾਗ ਪੈਂਦੇ ਹਾਂ ਅਤੇ ਖੇਡਦੇ ਫਿਰਦੇ ਹਾਂ ਅਸੀਂ, ਗੱਲ ਕੁਛ ਵੀ ਨਹੀਂ, ਖੇਡਾਂ ਹੀ ਆ ਸਾਰੀਆਂ, ਹੈ ਕਿ ਨਹੀਂ? ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਸਾਰੇ ਜਗਤ ਨਾਲ ਖੇਡ ਰਹੀ ਹੈ। ਅਤੇ ਤਾਂ ਕਰਕੇ ਮੁੱਲ ਵਾਲੇ ਤਾਂ ਮੁੱਲ ਵਾਲੇ ਹੁੰਦੇ ਆ ਫਿਰ, ਅਤੇ ਤਾਂ ਕਰਕੇ ਆਪ ਬਣ ਪੜ੍ਹਨੀ ਹੈ ਬਾਣੀ, ਤੁਸੀਂ ਆਪ ਸਿੱਖੋ। ਆ ਹੁਣ ਜਪੀ ਹੈ, ਮਨ ਤੂੰ ਜੋਤ ਸਰੂਪ ਹੈ, ਬਾਣੀ ਦੀ ਤੁਕ ਤੁਹਾਨੂੰ ਰਿਪੀਟ ਹੋ ਗਈ। ਕਦੇ ਕੋਈ ਬਹੁਤਾ ਦੁੱਖ ਆਵੇ ਤਾਂ ਬੈਠ ਕੇ ਪੜ੍ਹੋ, ਬੇਫਿਕਰ ਹੋ ਜਾਓ, ਸਭ ਕੁਝ ਛੱਡ ਦਿਆ ਕਰੋ, ਐਂ ਸਮਝ ਲਓ ਮੈਂ ਤਾਂ ਮਰ ਗਿਆ, ਐਂ ਸਮਝ ਲਓ, ਫਿਰ ਹੋਰ ਕੀ ਹੈ। ਜਦੋਂ ਬੇਵੱਸ ਹੋ ਜਾਈਏ, ਹੱਥ ਖੜ੍ਹੇ ਕਰ ਦਿਓ, ਸਰੈਂਡਰ ਕਰ ਦਿਓ, ਮਹਾਰਾਜ ਹੁਣ ਸਾਡੇ ਹੱਥ ਵੱਧ ਤਾਂ ਕੁਛ ਨਹੀਂ, ਤੂੰ ਹੀ ਹੈ, ਚੱਲਣ ਦਿਓ, ਫਿਰ ਜਿੱਧਰ ਨੂੰ ਨਦੀ ਵਗਦੀ ਹੈ ਵਗਣ ਦਿਓ। ਹੁੰਦਾ ਨਾ ਕਈ ਵਾਰੀ ਅਸੀਂ ਜ਼ੋਰ ਲਾਉਣਾ ਵੀ ਐਂ ਨਹੀਂ, ਮੈਂ ਐਂ ਕਰ ਦੂੰ, ਅਤੇ ਹੁੰਦਾ ਹੈ ਨਹੀਂ।
ਉਦੋਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਜਿਹੜੇ ਸਤਸੰਗੀ ਹੋਏ, ਭਗਤ ਹੋਏ, ਸੂਰਮੇ ਹੋਏ, ਸੰਤ ਹੋਏ, ਅਤੇ ਦੁਨਿਆਵੀ ਲੋਕ ਨਾ, ਉਹ ਫਿਰ ਆਪਣੇ ਵਰਗਿਆਂ ਨੂੰ ਸਤਸੰਗੀਆਂ ਨੂੰ ਕੀ ਕਹਿੰਦੇ ਵੀ ਇਹ ਕਮਲੇ ਹੈ। ਦੁਨਿਆਵੀ ਜਿਹੜੇ ਕੰਮ ਧੰਦੇ ਵਾਲੇ ਲੋਕ ਹੈ, ਉਹ ਕਹਿੰਦੇ ਵੀ ਅਸਲੀ ਕੰਮ ਤਾਂ ਅਸੀਂ ਕਰੀ ਜਾਂਦੇ ਹਾਂ, ਇਹ ਤਾਂ ਵਿਹਲੇ ਹੈ, ਤਾਂ ਨਾਮ ਜਪਣ ਵਾਲੇ ਸਤਸੰਗ ਕਰਨ ਵਾਲੇ ਤਾਂ ਕਮਲੇ ਆ, ਤਾਂ ਵਿਹਲੇ ਆ, ਇਹਨਾਂ ਕੋਲ ਕੰਮ ਕੀ ਆ? ਇਹਨਾਂ ਦੀ ਗੱਲ ਸਮਝ ਨਹੀਂ ਆਉਂਦੀ ਮੇਰੇ। ਆਪਾਂ ਨੂੰ ਫਿਰ ਕਮਲੇ ਕਿਹਾ ਜਾਂ ਸਤਸੰਗੀਆਂ ਨੂੰ, ਭਗਤਾਂ ਨੂੰ ਹਮੇਸ਼ਾ ਹੀ ਦੁਨੀਆਂ ਨੇ ਕਿਹਾ ਵੀ ਇਹ ਤਾਂ ਕਮਲੇ ਆ। ਜਿਹੜਾ ਰੱਬ ਦੇ ਰਾਹ 'ਤੇ ਤੁਰ ਪਏ, ਚੰਗੀ ਤਰ੍ਹਾਂ ਤੁਰ ਪਏ, ਉਹ ਕਮਲਾ ਹੀ ਕਹਾਉਂਦਾ ਹੈ, ਵੇਖ ਲਿਓ ਤੁਸੀਂ, ਇਹ ਕਿਹਾ ਜਾਂਦਾ ਹਮੇਸ਼ਾ। ਸੋ ਰਹੋ ਵਿਚਾਰ, ਜੇ ਦਿਲੋਂ ਅਰਦਾਸ ਕਰਾਂਗੇ ਤਾਂ ਸਤਿਗੁਰੂ ਦਰਸ਼ਨ ਵੀ ਦੇਣਗੇ। ਸੁੱਖ ਹੁੰਦਾ ਦੋ ਤਰ੍ਹਾਂ ਦੇ, ਆਤਮਾ ਦਾ ਸੁੱਖ, ਬੋਡੀ ਦਾ, ਸਰੀਰ ਦਾ ਸੁੱਖ। ਆਤਮਾ ਦਾ ਸੁੱਖ ਵੀ ਮੰਗਿਆ ਕਰੋ, ਰੂਹਾਨੀਅਤ ਦਾ ਸੁੱਖ ਵੀ। ਅੰਦਰਲੇ ਆਤਮਾ ਸੁਖੀ ਹੈ ਤਾਂ ਸਰੀਰ ਆਪੇ ਸੁਖੀ ਹੋਜੂਗਾ, ਫਿਰ ਆਤਮਾ ਰੋਗੀ ਹੋਗੀ ਅਤੇ ਸਰੀਰ ਵੀ ਰੋਗੀ ਹੋਜੂਗਾ, ਇਹ ਵੀ ਧਿਆਨ ਰੱਖਿਓ। ਅਤੇ ਗੁਰੂ ਅੱਗੇ ਅਰਦਾਸ ਇਹ ਕਰਨੀ ਹੈ, ਪਾਤਸ਼ਾਹ ਜਿੱਥੇ ਦੁਨਿਆਵੀ ਚੀਜ਼ਾਂ ਮੰਗਦੇ ਹਾਂ ਆਪਾਂ, ਮੰਗਣੀਆਂ ਚਾਹੀਦੀਆਂ, ਉੱਥੇ ਕੀ ਮੰਗਣਾ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦੇਖ ਜੀਵਾਂ, ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦੇਖ ਜੀਵਾਂ। ਆਏ ਹਾਏ ਹਾਏ, ਮਨ ਤੂੰ ਜੋਤ ਸਰੂਪ ਹੈ। ਵੀਰੋ ਇਹਨਾਂ ਦੀ ਸੰਗਤ ਬੜੀ ਵਧੀਆ ਯਾਰ, ਇਹਨਾਂ ਦੀ ਸੰਗਤ ਵਿੱਚ ਬਹਿ ਕੇ ਮੈਨੂੰ ਮੁਸਲਮਾਨ ਨੂੰ ਇੱਦਾਂ ਮਹਿਸੂਸ ਹੁੰਦਿਆ ਸੀ, ਮੈਂ ਕਹਿੰਦਾ ਹੀ ਭਾਈ ਹੁਣ ਮੈਂ ਇੱਦਾਂ ਹੀ ਕਰਨਾ, ਵੀ ਇਸ ਤਰ੍ਹਾਂ ਇੱਕ ਮਹਿਸੂਸ ਹੁੰਦਿਆ ਸੀਗਾ। ਮਨ ਤੂੰ ਜੋਤ ਸਰੂਪ ਹੈ, ਉਹ ਕਮਲਾ ਹੋ ਗਿਆ ਬਈ, ਮਨ ਤੂੰ ਜੋਤ ਸਰੂਪ ਹੈ, ਤਨ ਇਹ ਮੇਰਾ ਸਰੂਪ ਹੀ, ਤੂੰ ਮੈਨੂੰ ਨਹੀਂ ਜਾਣਦਾ ਮੈਂ ਕੌਣ ਹੈ। ਓਏ ਹੋਏ ਹੋਏ ਵੀਰੋ, ਫਿਰ ਸਵਾਲ ਕਰਦੇ ਆ ਕਿ ਨਾਮ ਜਪਣ ਦਾ ਕੀ ਫਾਇਦਾ, ਅਰਦਾਸ ਕਰਨ ਦਾ ਕੀ ਫਾਇਦਾ, ਜਦੋਂ ਉਸ ਮਾਲਕ ਨੇ ਸਭ ਕੁਛ ਮੇਰੀ ਕਿਸਮਤ ਵਿੱਚ ਲਿਖ ਦਿੱਤਾ। ਮੇਰੀ ਕਿਸਮਤ ਵੇਖ, ਮੈਡਮ ਦਾ ਨਾ ਤਨ ਬਣਾਉਣਾ ਯੋਗਾ ਕਰਕੇ, ਲੱਤਾਂ ਤਾਂ ਅਤੇ ਸਿਰ ਥਾਂ। ਹਾਂਜੀ, ਓਏ ਬਿਮਾਰੀਆਂ ਇੱਦਾਂ ਵੀ ਠੀਕ ਹੁੰਦੀਆਂ, ਆ ਗੁਰੂ ਦੇ ਲੜ ਲੱਗੋ, ਜਾਂ ਇਹ ਕਹੋ ਮਨ ਤੂੰ ਜੋਤ ਸਰੂਪ ਹੈ, ਕਿ ਆਪਣੇ ਆਪ ਨੂੰ ਪਛਾਣੋ ਮੈਂ ਕੌਣ ਹੈ। ਉਹ ਇੱਦਾਂ ਬਿਮਾਰੀ ਵੀ ਠੀਕ ਹੁੰਦੀ ਹੈ। ਵੀਰੋ ਉਦੋਂ ਵੀ ਇਹੋ ਹੀ ਹਨੇਰਾ ਸੀਗਾ, ਜਦੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਹੈ ਉਦੋਂ ਵੀ ਹਨੇਰਾ ਹੀ ਸੀ, ਅੱਜ ਵੀ ਹਨੇਰਾ ਹੈ। ਹਾਂਜੀ, ਜਿਹੜੇ ਲੋਕ ਕਹਿੰਦੇ ਆ ਕਿ ਨਾਮ ਜਪਣ ਦਾ ਕੀ ਫਾਇਦਾ, ਚਲੋ ਨਾਮ ਜਪਣ ਦਾ ਫਾਇਦੇ ਨੂੰ ਛੱਡੋ, ਨਾਮ ਨਾ ਜਪਣ ਦੇ ਪਹਿਲੇ ਮੈਂ ਨੁਕਸਾਨ ਦੱਸਦਾ। ਹਾਂਜੀ, ਗੱਲ ਬੜੇ ਧਿਆਨ ਸੁਣਿਓ, ਨੁਕਸਾਨ ਇਹ ਹੈ ਕਿ ਵੀਰੋ ਉਹ ਡਰਦਾ, ਉਹਨੂੰ ਸਿਰਫ ਆਪਣੀ ਫਿਕਰ ਹੈ, ਉਹ ਖੁਦ ਗਰਜ਼ ਬੰਦਾ, ਉਹਨੂੰ ਸਿਰਫ ਇਹ ਹੈ ਕਿ ਮੈਂ ਜਿੰਨਾ ਖਾ ਹੁੰਦਾ ਮੈਂ ਉਨਾ ਖਾ ਲਵਾਂ, ਜਿੰਨਾ ਹੜੱਪ ਕਰਨਾ ਹੁੰਦਾ ਮੈਂ ਉਨਾ ਹੜੱਪ ਕਰ ਲਵਾਂ। ਬੇਸਕੂਨਾ ਹੀ ਬੇਸਕੂਨਾ ਹੈ ਉਹਨੂੰ ਵੀਰੋ, ਦਿਲ ਦਾ ਮਸਲਾ ਹੈ ਉਹਨੂੰ, ਹਾਈਟ ਆਪਣਾ ਹੈਡ ਅਟੈਕ ਨੇ, ਹਾਈਟ ਬੜਾ ਵਾਲ ਬੰਦ ਹੋ ਗਿਆ, ਆ ਕੋਈ ਨਾ ਪੱਠੇ ਖਿੱਚੇ ਗਏ ਆ, ਇਹ ਬਿਮਾਰੀਆਂ ਨਹੀਂ ਹੈ। ਦੱਸੋ ਮੈਨੂੰ ਆਪਣੇ ਦਿਲ ਦਾ ਤਰ੍ਹਾਂ ਕੇ, ਸੱਚੀ ਗੱਲ ਇਹ ਨਹੀਂ ਹੈ ਬਿਮਾਰੀਆਂ,
ਹੈਗੀਆਂ ਨਾ, ਇਹ ਨੁਕਸਾਨ ਹੈ ਨਾਮ ਨਾ ਜਪਣ ਦੇ, ਨੁਕਸਾਨ ਹੈ। ਉਹ ਕਿਸੇ ਦਾ ਥੋੜ੍ਹਾ ਗਿੱਟੇ ਦਾ ਹੁੰਦਾ ਨਾ, ਵਾਲ ਬੰਦ ਹੋ ਗਿਆ, ਨਾੜ ਬੰਦ ਹੋ ਗਈ, ਆ ਕਿਸੇ ਦੇ ਪੱਠੇ ਖਿੱਚੇ ਗਏ। ਦੱਸੋ ਇੱਦਾਂ ਦੇ ਪਾਤਸ਼ਾਹ ਨੂੰ ਛੱਡਣ ਨੂੰ ਦਿਲ ਕਰਦਾ ਜਿਹੜੇ ਆਏ ਹੀ ਸਾਡੇ ਗਰੀਬਾਂ ਵਾਸਤੇ ਹੋਣ, ਜਿਹੜੇ ਆਏ ਹੀ ਸਾਡੇ ਵਾਸਤੇ ਹੋਣ ਕਿ ਅਸੀਂ ਲਾਚਾਰਾਂ ਵਾਸਤੇ ਆਏ ਹੋਣ। ਵੀਰੋ ਮਾਲਕ ਸਾਡੇ ਨਾਲ ਬੜਾ ਪਿਆਰ ਕਰਦਾ ਵੈ। ਦੱਸੋ ਲਾਚਾਰ ਬੰਦੇ ਨੂੰ ਕੋਈ ਬੰਦਾ ਪਿਆਰ ਕਰਦਾ? ਉਹਨੂੰ ਤਾਂ ਆਪਣੇ ਵੀ ਛੱਡ ਦਿੰਦੇ ਹੈ ਉਹਨੂੰ ਬਿਮਾਰੀ ਵਿੱਚ। ਅੱਜ ਵੀ ਦੇਖੋ ਬਿਮਾਰੀ, ਭਰਾ ਭਾਵੇਂ ਹੋਸਪਿਟਲ ਪਿਆ ਵੈ, ਉਹ ਭਰਾ ਭਰਾ ਦੇ ਮਗਰ ਨਹੀਂ ਜਾਂਦਾ। ਅੱਗ ਲੱਗੀ ਪਈ ਹੈ, ਖੁਸ਼ਕੀ ਦਾ ਮਾਹੌਲ ਹੈ। ਹਾਂਜੀ, ਸੋ ਕਿਉਂ ਹੈ? ਕਿਉਂਕਿ ਉਹਨਾਂ ਨੂੰ ਆਪਣੇ ਵੀ ਤਨ ਦੀ ਪਈ ਹੈ, ਹੁਣ ਤਨ ਦੇ ਵਿੱਚ ਪਾਣੀ ਨਹੀਂ ਆ, ਖੁਸ਼ਕ ਹੋ ਗਿਆ ਹੈ ਵੀਰੋ। ਕਿਉਂਕਿ ਅਸੀਂ ਤਾਂ ਦੂਰ ਹੋ ਗਏ, ਅਸੀਂ ਤਾਂ ਬਿਮਾਰੀਆਂ ਦੇ ਵਿੱਚ ਆ ਗਏ, ਅਸੀਂ ਤਾਂ ਬਈ ਪਰੇਸ਼ਾਨ ਹੋ ਗਏ, ਅਸੀਂ ਤਾਂ ਜਿਹੜਾ ਹੁੰਦਾ ਨਾ ਖੁਸ਼ਕ ਹੋ ਗਏ, ਮਿੱਟੀ ਖੁਸ਼ਕ ਹੋ ਗਈ ਸਾਡੀ। ਸੋ ਉਹ ਗੁਰੂ ਖੁਸ਼ਕ ਨਹੀਂ, ਉਹ ਮਾਲਕ ਸਾਡੇ ਤੋਂ ਦੂਰ ਨਹੀਂ ਹੋਇਆ। ਕਿਹੜਾ ਮਾਲਕ? ਇੱਕ ਓਨਕਾਰ, ਉਹ ਮਾਲਕ ਇੱਕ ਹੈ, ਉਹਦਾ ਨਾਮ ਸੱਚ ਹੈ। ਉਹ ਦੂਰ ਨਹੀਂ ਹੋਇਆ। ਉਹ ਮੇਰੇ ਇੱਕ ਨਾ ਜ਼ਿਹਨ ਦੇ ਵਿੱਚ ਇੱਕ ਗੱਲ ਯਾਦ ਆ ਗਈ, ਗੱਲ ਬੜੇ ਧਿਆਨ ਨਾਲ ਸੁਣਿਓ ਫਿਰ, ਆਖਰੀ ਗੱਲ ਹੈ, ਗੱਲ ਕਰਦਾ ਮੈਂ। ਹਜ਼ਰਤ ਮੂਸਾ ਸੀ ਕੋਹੇ ਤੂਰ ਦੇ, ਹਜ਼ਰਤ ਈਸਾ ਰੂਹੁੱਲਾ ਵੀ ਉਹਨਾਂ ਦੀ ਬਸਤੀ ਦੇ ਵਿੱਚ ਨਾ ਬਾਰਿਸ਼ ਨਹੀਂ ਸੀ ਆਉਂਦੀ, ਅਤੇ ਉਹ ਬੰਦੇ ਪਹੁੰਚ ਆਏ ਕਿ ਤੁਸੀਂ ਨਬੀ ਜੇ, ਅੱਲਾ ਦੇ ਤੁਸੀਂ ਮਤਲਬ ਪੈਗੰਬਰ ਜੇ, ਦੁਆ ਕਰੋ ਮਾਲਕ ਬਾਰਿਸ਼ ਕਰੇ। ਅਤੇ ਉਹ ਸਾਰੇ ਹੀ ਆ ਗਏ ਦੁਆ ਕਰਨ ਵਾਸਤੇ, ਅਤੇ ਹਜ਼ਰਤ ਈਸਾ ਰੂਹੁੱਲਾ, ਹਜ਼ਰਤ ਈਸਾ ਇਸਲਾਮ ਨੇ ਦੁਆ ਕੀਤੀ ਉਸ ਮਾਲਕ ਅੱਗੇ ਕਿ ਮਾਲਕਾ ਬਾਰਿਸ਼ ਪਾ। ਮਾਲਕ ਵੱਲੋਂ ਆਰਡਰ ਆਇਆ ਕਿ ਇੱਥੇ ਇੱਕ ਬੰਦਾ ਗੁਨਾਹਗਾਰ ਬੜਾ ਬੈਠਾ, ਉਹਨੂੰ ਕਹਾਂ ਉੱਠ ਕੇ ਚੱਲ ਜਾਵੇ, ਇੱਕੋ ਹੀ ਹੈ, ਉੱਠ ਕੇ ਚਲਾ ਜਾਵੇ ਤਾਂ ਮੈਂ ਬਾਰਿਸ਼ ਕਰ ਦੇਵਾਂਗਾ। ਹਜ਼ਰਤ ਈਸਾ ਨੇ ਇਸੇ ਤਰ੍ਹਾਂ ਹੀ ਕੀਤਾ, ਉੱਥੇ ਵਿੱਚ ਦੱਸਿਆ ਇੱਥੇ ਇੱਕ ਬੰਦਾ ਗੁਨਾਹਗਾਰ ਹੈ, ਉਹਨੂੰ ਉੱਠ ਕੇ ਚੱਲ ਜਾਵੇ, ਉਹਦੀ ਵਜ੍ਹਾ ਤੋਂ ਬਾਰਿਸ਼ ਨਹੀਂ ਆਉਂਦਾ ਜੀ। ਹੁਣ ਇੱਕ ਬੰਦਾ ਸੀ, ਉਹ ਡਰ ਗਿਆ, ਅਦੋਂ ਡਰ ਗਿਆ ਤਾਂ ਅੰਦਰੋਂ ਕਹਿੰਦਾ ਯਾਰ ਮੈਂ ਸਾਰਿਆਂ ਸਾਹਮਣੇ ਉੱਠਾਂਗਾ, ਮੇਰੀ ਬੇਇੱਜ਼ਤੀ ਹੋਏਗੀ, ਮੈਨੂੰ ਲੋਕੀ ਮੈਨੂੰ ਕੀ ਕਹਿਣਗੇ, ਤੂੰ ਐਡਾ ਗੁਨਾਹਗਾਰ ਬੰਦਾ। ਉਹਨੇ ਕੀਤਾ, ਉਹਨੇ ਅੰਦਰੋਂ ਇਹਨਾਂ ਉਹਨੇ ਕਿਹਾ ਅੱਲਾ ਮੈਨੂੰ ਮਾਫ਼ ਕਰ, ਮਾਲਕਾ ਮੈਨੂੰ ਮਾਫ਼ ਕਰ, ਤੂੰ ਤਾਂ ਮੇਰਾ ਮਾਲਕ ਹੈ, ਤੂੰ ਮੈਨੂੰ ਸਾਹ ਦਿੱਤਾ ਮੈਨੂੰ ਮਾਫ਼ ਕਰ ਦੇ। ਵੀਰੋ ਬਾਰਿਸ਼ ਉਸ ਟਾਈਮ ਹੋਣ ਲੱਗ ਪਈ। ਕੀ ਮੈਸੇਜ ਹੈ? ਉਹ ਹਜ਼ਰਤ ਈਸਾ ਰੂਹੁੱਲਾ ਉਹ ਕਹਿੰਦੇ ਨੇ ਕਿ ਮਾਲਕਾ ਬਾਰਿਸ਼ ਕਰਦੀ, ਉਹ ਬੰਦਾ ਗੁਨਾਹਗਾਰ ਹੈ, ਵਿੱਚੋਂ ਗਿਆ ਹੈ ਨਹੀਂ। ਮਾਲਕ ਕਹਿੰਦਾ ਉਹਨੇ ਤੋਬਾ ਕਰ ਲਈ ਹੈ, ਮੇਰੇ ਕੋਲ ਆ ਗਿਆ। ਗੁਰੂ ਦੇ ਲੜ ਲੱਗੋ ਵੀਰੋ। ਹਜ਼ਰਤ ਮੂਸਾ ਨੇ, ਹਜ਼ਰਤ ਈਸਾ ਅਲੈਹਿ ਸਲਾਮ ਨੇ ਫਿਰ ਕਿਹਾ, ਈਸਾ ਰੂਹੁੱਲਾ, ਹਜ਼ਰਤ ਈਸਾ ਅਲੈਹਿ ਸਲਾਮ ਨੇ ਕਿਹਾ ਕਿ ਮਾਲਕਾ ਉਹਦਾ ਨਾਮ ਦੱਸ। ਆਉਂਦਾ ਨਹੀਂ, ਭਾਵੇਂ ਤੂੰ ਮੇਰਾ ਮਹਿਬੂਬ ਹੈ ਪਰ ਮੈਂ ਨਾਮ ਨਹੀਂ ਦੱਸਦਾ। ਵੀਰੋ ਦੱਸੋ, ਇੱਦਾਂ ਦਾ ਵੀ ਕੋਈ ਜਿਹੜਾ ਹੁੰਦਾ ਨਾ ਖੁਦਾ, ਇੱਦਾਂ ਦਾ ਮਾਲਕ, ਉਹਨੂੰ ਛੱਡ ਕੇ ਬੰਦਾ ਇੱਦਾਂ ਦੂਜਾ ਮਾਲਕਾਂ ਕੋਲ ਜਾਵੇਗਾ ਤਾਂ ਜ਼ਲੀਲ ਨਹੀਂ ਹੋਏਗਾ, ਬਿਮਾਰੀਆਂ 'ਚ ਨਹੀਂ ਮਰੇਗਾ? ਦੱਸੋ ਮੈਨੂੰ ਜ਼ਰਾ, ਇੱਦਾਂ ਇਹਨੂੰ ਛੱਡ ਕੇ ਜਾਇਆ ਜਾ ਸਕਦਾ? ਜਿਹੜਾ ਨਬੀ ਆਪਣੇ ਪੈਗੰਬਰ ਨੂੰ ਸਾਡਾ ਨਾਮ ਨਹੀਂ ਦੱਸਦਾ, ਨਹੀਂ ਮੈਂ ਕੋਈ ਦੱਸਾਂ ਨਾਮ, ਉਹ ਮੇਰਾ ਬੰਦਾ ਵੈ, ਮੇਰਾ ਬੰਦਾ ਵੈ, ਮੇਰਾ ਤਾਂ ਉਹਦਾ ਮਾਮਲਾ ਵੈ, ਉਹਨੇ ਮਾਫ਼ੀ ਮੰਗ ਲਈ ਹੈ, ਮੈਂ ਨਾਮ ਨਹੀਂ ਦੱਸਦਾ। ਵੀਰੋ ਪੜਦੇ ਪਾਉਣ ਵਾਲਾ, ਅਸੀਂ ਲੋਕਾਂ ਨੂੰ ਜ਼ਲੀਲ ਕਰਨ ਵਾਲੇ, ਬੜੀ ਅੱਗ ਲੱਗੀ ਹੈ ਅੰਦਰ।
ਹਾਂਜੀ ਬਹੁਤ ਯਾਰ ਵਧੀਆ ਵੀਡੀਓ, ਇਹਨਾਂ ਦੀ ਸੰਗਤ ਵਿੱਚ ਆਓ। ਮੈਂ ਜੋ ਮੈਂ ਮਹਿਸੂਸ ਕੀਤਾ ਵੈ, ਨਾਮ ਜਪੋ, ਵੀ ਜਿਸ ਮੂੰਹ ਦੇ ਨਾਲ ਨਾਮ ਜਪਣਾ ਵੀਰੋ, ਜਿਹਦਾ ਨਾਮ ਜਪਣਾ, ਜਿਸ ਪਾਤਸ਼ਾਹ ਦੇ ਮੂੰਹੋਂ ਨਾਮ, ਜਿਹੜੇ ਜਿਸ ਪਾਤਸ਼ਾਹ ਦੇ ਮੂੰਹੋਂ ਜਿਹੜੇ ਬੋਲ ਨਿਕਲੇ ਆ, ਉਸੇ ਆਪਣੇ ਮੂੰਹ ਦੇ ਵਿੱਚ ਲਿਆਉਣੇ ਵੀਰੋ। ਐਡੇ ਖੂਬਸੂਰਤ ਬੋਲ, ਐਸੇ ਵਧੀਆ ਬੋਲ ਜਿਸ ਜ਼ਬਾਨ ਦੇ ਉੱਤੇ ਆਏ ਹੋਣ ਵੀਰੋ, ਦੱਸੋ ਉੱਥੇ ਆ ਦੂਜੇ ਦੋ ਨੰਬਰ ਬੋਲ ਉੱਥੇ ਬੋਲਣੇ, ਝੂਠ ਉੱਥੇ ਬੋਲਣਾ ਵਾ, ਨਹੀਂ ਬੰਦਾ ਚੰਗਾ ਲੱਗਦਾ। ਸੋ 24 ਘੰਟੇ ਨਾਮ ਜਪੋ, ਅੰਮ੍ਰਿਤ ਵੇਲੇ ਉੱਠੇ ਆ। ਚਲੋ ਆਪਣਾ ਵੀ ਪ੍ਰਸ਼ਾਦਾ ਚੱਕਣਾ ਵਾ, ਇੱਦਾਂ ਚੱਕੋ ਜਿੱਦਾਂ ਗੁਰੂ ਨੇ ਦੱਸਿਆ, ਇਹ ਵੀ ਨਾਮ ਜਪਣਾ ਵਾ। ਬਈ ਬੋਲਣਾ ਵਾ ਇਸ ਤਰ੍ਹਾਂ ਬੋਲੋ ਜਿਸ ਤਰ੍ਹਾਂ ਗੁਰੂ ਨੇ ਦੱਸਿਆ, ਇਹ ਵੀ ਨਾਮ ਜਪਣਾ ਹੈ। ਮਹਿਮਾਨ ਨਵਾਜ਼ੀ ਇਸ ਤਰ੍ਹਾਂ ਕਰੋ ਜਿੱਦਾਂ ਗੁਰੂ ਸਾਹਿਬਾਨ ਨੇ ਦੱਸੀ ਹੈ, ਇਹ ਵੀ ਨਾਮ ਜਪਣਾ ਵਾ। ਆਪਣਾ ਕੰਮ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਦੱਸਿਆ, ਇਹ ਵੀ ਨਾਮ ਜਪਣਾ ਹੈ। ਰਾਤ ਨੂੰ ਸੋਣਾ, ਈਵਨ ਕਿ ਸ਼ਾਦੀ ਹੈ, ਵਿਆਹ ਹੈ ਵੀਰੋ, ਕੁਛ ਵੀ ਹੈ, ਸਭ ਕੁਛ ਇੱਦਾਂ ਕਰਨਾ ਜਿਸ ਤਰ੍ਹਾਂ ਉਸ ਮਾਲਕ ਨੇ, ਜਿਸ ਤਰ੍ਹਾਂ ਉਸ ਗੁਰੂ ਨੇ ਦੱਸਿਆ ਸਾਨੂੰ। ਸੋ ਇਹ ਨਾਮ ਜਪਣਾ ਹੀ ਨਾਮ ਜਪਣਾ ਹੈ। ਕਰੋ ਫਿਰ ਅਰਦਾਸ, ਦੇਖੋ ਮਾਲਕ ਪੂਰੀ ਕਰਦਾ ਕਿ ਨਹੀਂ ਕਰਦਾ। ਮੈਨੂੰ ਵੀ ਇਹਦੇ ਉੱਤੇ, ਇਸੇ ਦੇ ਉੱਤੇ ਵੀ ਚੱਲਣ ਦੀ ਤੌਫੀਕ ਦੇਵੇ। ਉਸ ਮਾਲਕ ਕੋਲੋਂ ਦੁਆ ਹੈ, ਅਰਦਾਸ ਹੈ, ਫਿਰ ਵੀਰੋ ਕਰੋ ਅਰਦਾਸ, ਕਿਉਂਕਿ ਪਹਿਲੇ ਕੁਰਬਾਨੀ ਫਿਰ ਇਨਾਮ। ਹਾਂ, ਚੰਗਾ ਬੋਲ ਦਵੋ, ਨਾਮ ਜਪੋ। ਨਾਮ ਕਿਦਾਂ ਜਪਣਾ, ਇੱਕ ਓਨਕਾਰੋ ਮਾਲਕ ਦਾ, ਮਾਲਕ ਚੰਗਾ ਆਉਣਾ, ਵਧੀਆ ਆਉਣਾ, ਜਿਹੜਾ ਸਾਨੂੰ ਇੰਨਾ ਪਿਆਰ ਕਰਦਾ, ਜਿਹੜਾ ਸਾਡੀਆਂ ਤਕਲੀਫਾਂ ਖਤਮ ਕਰਨਾ ਚਾਹੁੰਦਾ। ਦੱਸੋ ਇੱਦਾਂ ਦਾ ਮਾਲਕ ਆਪਣਾ ਛੱਡ ਜਾਂਦਾ ਤਕਲੀਫ ਦੇ ਵਿੱਚ ਵੀਰੋ, ਬੰਦਾ ਬਿਮਾਰ ਹੋਵੇ, ਲੇਕਿਨ ਉਹ ਮਾਲਕ ਨੂੰ ਮਾਲਕ ਦਾ ਨਾਮ ਜਪੋ, ਅਤੇ ਫਿਰ ਇਹ ਧਰਤੀ ਵੀ ਉਸ ਮਾਲਕ ਦੀ ਹੈ। ਸੋ ਇੱਥੇ ਜਿਹੜਾ ਬੋਲ ਬੋਲਣਾ, ਅਤੇ ਉਹ ਵੀ ਫਿਰ ਵਧੀਆ ਬੋਲੋ, ਕਿਉਂਕਿ ਧਰਤੀ ਮਾਲਕ ਦੀ ਹੈ, ਤੇਰੀ ਧਰਤੀ ਨਹੀਂ ਹੈ। ਹਾਂਜੀ, ਸੋ ਬੋਲ ਕਿਹੜਾ ਬੋਲਣਾ ਹੈ ਵੀਰੋ, ਉਹ ਬੋਲ ਵੀ ਪਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਪਾਣੀ ਹੈ, ਮੂਲ ਮੰਤਰ ਸਾਹਿਬ ਜੀ ਵੀ ਪਾਣੀ ਹੈ। ਸੋ ਪਾਣੀ ਪਾਓ ਅਤੇ ਹਰਾ ਭਰਾ ਹੋ ਜਾਏਗਾ। ਅੱਗੋਂ ਪਾਣੀ ਫਿਰ ਆਪਣਾ ਰਸਤਾ ਖੁਦ ਬਣਾਉਣਾ ਜਾਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।